ਰਾਣੀ ਲੱਭਦਾ ਕੋਈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੁੰਦਾ ਹੈ ਉਹਦੇ ਨਾਲ ਦੀ ਨਾਲ ਸਿਲੇਬਸ ਕਦੇ ਵੀ ਨਹੀਂ ਦਿੱਤਾ ਜਾਂਦਾ ਨਾ ਹੀ ਉਹਦੇ ਨਾਲ ਆਈਬੀਪੀਐਸ ਵਾਂਗੂ ਟਾਈਮ ਟੇਬਲ ਦਿੱਤਾ ਜਾਂਦਾ ਹੈ ਪ੍ਰੀਖਿਆ ਦਾ ਭਰਤੀ ਪ੍ਰਕਿਰਿਆ ਯਾਨੀ ਪ੍ਰੀਖਿਆ ਹੋਣ ਤੋਂ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਜਾ ਕੇ ਸਿਲੇਬਸ ਦਿੱਤਾ ਜਾਂਦਾ ਹੈ ਪੇਪਰ ਕਲੈਸ਼ ਹੁੰਦੇ ਨੇ ਅਣਮਿੱਥੇ ਤਰੀਕੇ ਨਾਲ ਪੇਪਰਾਂ ਦੀ ਡੇਟ ਪਾ ਦਿੱਤੀ ਜਾਂਦੀ ਹੈ ਫਿਰ ਕੈਂਡੀਡੇਟਸ ਇੰਨੇ ਜਾਗਰੂਕ ਨੇ ਫਿਰ ਟਵੀਟ ਕਰਦੇ ਨੇ ਮੇਲ ਕਰਦੇ ਨੇ ਫਿਰ ਉਹ ਜਾ ਕੇ ਡੇਟਾਂ ਚੇਂਜ ਕਰਾਉਂਦੇ ਆ ਵੀਡੀਓ ਯਾਨੀ ਵਿਲੇਜ ਡਵੈਲਪਮੈਂਟ ਆਰਗੇਨਾਈਜ਼ਰ ਜਿਹਨੂੰ ਆਪਾਂ ਪੰਚਾਇਤ ਸਕੱਤਰ ਬੋਲ ਦਿੰਦੇ ਆ ਉਹਦੀਆਂ ਅਸਾਮੀਆਂ ਆਊਟ ਕੀਤੀਆਂ ਗਈਆਂ 2016 ਦੇ ਵਿੱਚ ਇਸ ਵਿਭਾਗ ਨੇ ਆਪਣੇ ਵਿਭਾਗੇ ਦੁਆਰਾ ਇੱਕ ਰਿਕਰੂਟਮੈਂਟ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਭਈ ਗ੍ਰੈਜੂਏਸ਼ਨ ਦੇ ਵਿੱਚ ਕੰਪਿਊਟਰ ਪਾਸ ਹੋਣਾ ਜ਼ਰੂਰੀ ਹੈ ਲੇਕਿਨ ਪੇਪਰ ਦੇ ਵਿੱਚ ਕੰਪਿਊਟਰ ਨਹੀਂ ਪੁੱਛਿਆ ਜਾ ਰਿਹਾ ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਉਮੀਦਵਾਰ ਨੌਜਵਾਨ ਮੁੰਡੇ ਕੁੜੀਆਂ ਤਿਆਰੀ ਗਰਾਊਂਡ ਵਿੱਚ ਸ਼ਾਮ ਸਵੀਰ ਕਰਦੇ ਆ ਪੰਜਾਬ ਪੁਲਿਸ ਵਾਲੇ ਉਹਨਾਂ ਦੀ ਕੋਈ ਭਰਤੀ ਰੱਦ ਹੋ ਜਾਂਦੀ ਹੈ ਕੋਈ ਸਿਰੇ ਨਹੀਂ ਚੜਦੀ ਕੋਈ ਕਿਸੇ 'ਚ ਕੋਈ ਪ੍ਰੋਬਲਮ ਕਿਸੇ 'ਚ ਕੋਈ ਪ੍ਰੋਬਲਮ ਇਹਦਾ ਸਭ ਤੋਂ ਵੱਡਾ ਖਮਿਆਜਾ ਪਿਛਲੇ ਸਾਲ ਅਸੀਂ ਚੁੱਕਿਆ ਬਹੁਤ ਸਾਰੇ ਬੱਚਿਆਂ ਨੇ ਲੱਖਾਂ ਬੱਚਿਆਂ ਨੇ ਟੈਂਡਰ ਆਊਟ ਕੀਤਾ TCS ਨੂੰ ਪੇਪਰ ਦਿੱਤਾ ਬੱਚਿਆਂ ਨੇ ਦਿਨ ਰਾਤ ਰੱਜ ਕੇ ਮਿਹਨਤ ਕੀਤੀ ਕੋਚਿੰਗ ਤੇ ਪੈਸਾ ਲਾਇਆ ਔਰ ਬਾਅਦ ਦੇ ਵਿੱਚ ਉਹਦੇ 'ਚ ਨਕਲ ਚੋਰੀ ਫੜੇ ਜਾਂਦੇ ਨੇ ਔਰ ਭਰਤੀ ਪੂਰੀ ਕੈਨਸਲ ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ ਬੱਚਿਆਂ ਨੂੰ 1152 ਪ੍ਰੋਫੈਸਰਾਂ ਦੀ ਭਰਤੀ ਦੀ ਗੱਲ ਹੋਈ ਵੀ ਇੰਨੇ ਸਾਲ ਹੋ ਗਏ ਕਾਲਜਾਂ 'ਚ ਭਰਤੀ ਨਹੀਂ ਹੋਈ ਰੈਗੂਲਰ ਸਰਕਾਰ ਰੈਗੂਲਰ ਭਰਤੀ ਘੱਟ ਕੱਢਦੀ ਹੈ ਇਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੈ ਪਰ ਇਸ ਮਸਲੇ ਦੇ ਵਿੱਚ ਕੀ ਸੁਝਾਅ ਆਉਣਾ ਚਾਹੀਦਾ ਸਰਕਾਰ ਲਈ ਕਿ ਤੁਸੀਂ ਭਰਤੀ ਜੇ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰੋ ਸਰਕਾਰ ਜ਼ਿੰਮੇਵਾਰੀ ਤੈਅ ਕਰਕੇ ਪੰਜਾਬ ਦੇ ਬੋਰਡ ਬਣਾ ਦੇਵੇ ਸਰਕਾਰ ਚ ਘੱਟ ਪੋਸਟਾਂ ਕਰ ਲੈ ਰੈਗੂਲਰ ਕਰੇ ਤੇ ਵੇਟਿੰਗ ਜ਼ਰੂਰ ਚੁੱਕੇ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 75 ਸਾਲ ਹੋ ਗਏ ਪਰ ਰੋਜ਼ਗਾਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਉਸ ਦੇ ਵਿੱਚ ਅਸੀਂ ਕਾਫੀ ਪਛੜੇ ਹੋਏ ਹਾਂ ਬੇਰੋਜ਼ਗਾਰੀ ਬਹੁਤ ਵੱਡੇ ਪੱਧਰ ਤੇ ਹੈ ਪਰ ਜਿੱਥੇ ਕਿਤੇ ਵੀ ਕੁਝ ਪੋਸਟਾਂ ਨਿਕਲਣ ਦੀ ਗੱਲ ਆਉਂਦੀ ਹੈ ਤਾਂ ਉਹ ਭਰਤੀ ਪ੍ਰਕਿਰਿਆ ਦੇ ਵਿੱਚ ਗੱਲ ਅੜ ਜਾਂਦੀ ਹੈ ਪੋਸਟਾਂ ਦਾ ਐਲਾਨ ਹੋ ਜਾਂਦਾ ਹੈ ਬੱਚੇ ਉਮੀਦਵਾਰ ਅੜਿੱਕਦੇ ਨੇ ਚਾਹੇ ਪੁਲਿਸ ਵਿਭਾਗ ਹੋਵੇ ਸਿੱਖਿਆ ਵਿਭਾਗ ਹੋਵੇ ਜਾਂ ਸਿਹਤ ਵਿਭਾਗ ਹੋਵੇ ਜਾਂ ਇਸ ਤੋਂ ਇਲਾਵਾ ਹੋਰ ਬਿਜਲੀ ਵਿਭਾਗ ਮਹਿਕਮਾ ਹੋਵੇ ਇਹ ਸਾਰੇ ਸੈਕਟਰ ਦੇ ਵਿੱਚ ਜਦੋਂ ਭਰਤੀ ਨਿਕਲਦੀ ਹੈ ਪਰ ਉਹ ਭਰਤੀ ਪ੍ਰਕਿਰਿਆ ਇੰਨੀ ਗੁੰਝਲਦਾਰ ਹੈ ਖਾਸ ਕਰਕੇ ਪੰਜਾਬ ਸੂਬੇ ਦੀ ਗੁੰਝਲਾਂ ਇੰਨੀਆਂ ਨੇ ਕਿ ਕੰਫਿਊਜ਼ ਰਹਿੰਦੇ ਨੇ ਕਈ ਵਾਰੀ ਪੇਪਰ ਇੱਕੋ ਦਿਨ ਰੱਖ ਦਿੱਤਾ ਜਾਂਦਾ ਇੱਕੋ ਥਾਂ ਤੇ ਭੀੜ ਭੜੱਕੇ ਚ ਫਸ ਜਾਂਦੇ ਨੇ ਵਿਦਿਆਰਥੀ ਇਹ ਸਾਰੀਆਂ ਗੱਲਾਂ ਕਰਾਂਗੇ ਕਿ ਇਸ ਦਾ ਸੋਲੂਸ਼ਨ ਕੀ ਹੈ ਮੇਰੇ ਨਾਲ ਜੇਐਸ ਗਿੱਲ ਨੇ ਜਿਹੜੇ ਗਿਲਜ਼ ਮੈਂਟਰ ਨੇ ਔਰ ਪਿਛਲੇ 7 ਸਾਲਾਂ ਤੋਂ ਗਾਈਡੈਂਸ ਦੇ ਰਹੇ ਨੇ ਬੱਚਿਆਂ ਨੂੰ ਆ ਗਿਲ ਸਾਬ ਸਭ ਤੋਂ ਪਹਿਲਾਂ ਮੈਂ ਇਹੀ ਜਾਨਣਾ ਚਾਹੁੰਦਾ ਕਿ ਪੰਜਾਬ ਦੀ ਭਰਤੀ ਪ੍ਰਕਿਰਿਆ ਚ ਐਸੀ ਕਿਹੜੀ ਗਰਾਰੀ ਹੈ ਕੇ ਬੱਚੇ ਕੰਫਿਊਜ਼ ਰਹਿੰਦੇ ਆ ਔਰ ਉਹਨਾਂ ਨੂੰ ਰਾਹ ਨਹੀਂ ਲੱਭਦਾ ਸਭ ਤੋਂ ਪਹਿਲਾਂ ਸਸੀ ਕਾਲ ਜੀ ਪੰਜਾਬ ਦੀ ਭਰਤੀ ਪ੍ਰਕਿਰਿਆ ਦੇ ਵਿੱਚ ਗਰਾਰੀ ਇਹ ਹੈਗੀ ਹੈ ਕਿ ਕੋਈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਜਦੋਂ ਵੀ ਆਊਟ ਹੁੰਦਾ ਹੈ ਉਹਦੇ ਨਾਲ ਦੀ ਨਾਲ ਸਿਲੇਬਸ ਕਦੇ ਵੀ ਨਹੀਂ ਦਿੱਤਾ ਜਾਂਦਾ ਦੂਸਰੀ ਗਰਾਰੀ ਇਹ ਹੁੰਦੀ ਹੈ ਕਿ ਨਾ ਹੀ ਉਹਦੇ ਨਾਲ ਆਈਬੀਪੀਐਸ ਵਾਂਗੂ ਟਾਈਮ ਟੇਬਲ ਦਿੱਤਾ ਜਾਂਦਾ ਹੈ ਪ੍ਰੀਖਿਆ ਦਾ ਤਾਂ ਉਹਦਾ ਸਿਲੇਬਸ ਆਏਗਾ ਜਦੋਂ ਬੱਚੇ ਟਵੀਟ ਤੇ ਜਾਂ ਬੱਚੇ ਫਿਜ਼ੀਕਲੀ ਜਾ ਕੇ ਮੰਗ ਕਰਨਗੇ ਪ੍ਰਤੀ ਪ੍ਰਕਿਰਿਆ ਯਾਨੀ ਪ੍ਰੀਖਿਆ ਹੋਣ ਤੋਂ ਮਹੀਨਾ ਜਾਂ ਡੇਢ ਮਹੀਨਾ ਪਹਿਲਾਂ ਜਾ ਕੇ ਸਿਲੇਬਸ ਦਿੱਤਾ ਜਾਂਦਾ ਹੈ ਔਰ ਇਹ ਸਭ ਤੋਂ ਵੱਡੀ ਗਰਾਰੀ ਹੈ ਦੂਸਰੀ ਗਰਾਰੀ ਹੈਗੀ ਹੈ ਕਿ ਬੋਰਡਾਂ ਨੂੰ ਇਹ ਨਹੀਂ ਪਤਾ ਲੱਗਦਾ ਇੱਕ ਛੋਟਾ ਜਿਹਾ ਸੂਬਾ ਹੈ ਸਾਡਾ ਕਿ ਪੇਪਰ ਕਲੈਸ਼ ਹੁੰਦੇ ਨੇ ਅਣਮਿੱਥੇ ਤਰੀਕੇ ਨਾਲ ਪੇਪਰਾਂ ਦੀ ਡੇਟ ਪਾ ਦਿੱਤੀ ਜਾਂਦੀ ਹੈ ਫਿਰ ਕੈਂਡੀਡੇਟਸ ਇਹਨੇ ਜਾਗਰੂਕ ਨੇ ਫਿਰ ਉਹ ਟਵੀਟ ਕਰਦੇ ਨੇ ਮੇਲ ਕਰਦੇ ਨੇ ਫਿਰ ਉਹ ਜਾ ਕੇ ਡਾਟਾ ਚੇਂਜ ਕਰਾਉਂਦੇ ਆ ਸਭ ਤੋਂ ਵੱਡੀ ਗਰਾਰੀ ਪਹਿਲੀ ਇਹ ਆ ਤਾਂ ਇਹਦੇ ਲਈ ਸਭ ਤੋਂ ਵੱਡੀ ਚੀਜ਼ ਇਹ ਹੋ ਸਕਦੀ ਹੈ ਕਿ ਸਾਨੂੰ 75 ਸਾਲ ਜਿਵੇਂ ਤੁਸੀਂ ਦੇਖਿਆ ਆਜ਼ਾਦ ਹੋયા ਹੋ ਗਿਆ ਸਾਡੇ ਸਟੇਟ ਜਾਂ ਸੈਂਟਰ ਦੇ ਵਿੱਚ ਐਸੀ ਰਿਕਰੂਟਮੈਂਟ ਪਾਲਿਸੀ ਹੋਣੀ ਚਾਹੀਦੀ ਜਿਵੇਂ ਕਿ SSC ਤੇ IBPS ਆਪਣਾ ਸਟਰਕਚਰ ਹੈਗਾ ਭਰਤੀ ਕਰਨ ਦਾ ਜਿਵੇਂ ਸਾਡੇ ਸਟੇਟ ਦੇ ਵਿੱਚ ਪੀਟ੍ਰੀਪਲੱਸਬੀ ਬੋਰਡ ਹੈ ਪੀਟ੍ਰੀਪਲੱਸਬੀ ਬੋਰਡ ਬਹੁਤ ਸਾਰੀਆਂ ਭਰਤੀਆਂ ਕਰਦਾ ਆ ਜਿਹਦੇ ਜਿਸੀ ਗਰੁੱਪ ਸੀ ਡੀ ਦੀ ਗੱਲ ਕਰਦੇ ਆਂ ਔਰ ਕੁਝ ਪੋਸਟਾਂ ਗਰੁੱਪ ਬੀ ਦੀਆਂ ਵੀ ਕੰਡਕਟ ਕਰਦਾ ਆ ਲੇਕਿਨ ਇਹਦੇ ਵਿੱਚ ਖਾਮੀ ਸਭ ਤੋਂ ਵੱਡੀ ਜਿਹੜੀ ਹੈਗੀ ਆ ਉਹ ਹੈਗੀ ਹੈ ਵੀ ਰਿਕਰੂਟਮੈਂਟ ਨੋਟੀਫਿਕੇਸ਼ਨ ਤਾਂ ਆਉਂਦਾ ਪਰ ਉਹਦਾ ਸਿਲੇਬਸ ਨਾਲ ਨਹੀਂ ਆਉਂਦਾ ਔਰ ਮੈਂ ਤੁਹਾਨੂੰ ਹੁਣ ਇਹਦੇ ਚ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਦੱਸਾਂਗਾ ਕਿ ਰੀਸੈਂਟਲੀ ਇਸ ਬਾਰ ਵੀਡੀਓ ਯਾਨੀ ਵਿਲੇਜ ਡਵੈਲਪਮੈਂਟ ਆਰਗੇਨਾਈਜ਼ਰ ਜਿਹਨੂੰ ਆਪਾਂ ਪੰਚਾਇਤ ਸਤਤਰ ਬੋਲ ਦਿੰਦੇ ਆਂ ਉਹਦੀਆਂ ਅਸਾਮੀਆਂ ਆਊਟ ਕੀਤੀਆਂ ਗਈਆਂ 2016 ਦੇ ਵਿੱਚ ਇਸ ਵਿਭਾਗ ਨੇ ਆਪਣੇ ਵਿਭਾਗੇ ਦੁਆਰਾ ਇੱਕ ਰਿਕਰੂਟਮੈਂਟ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਭਈ ਗ੍ਰੈਜੂਏਸ਼ਨ ਦੇ ਵਿੱਚ ਕੰਪਿਊਟਰ ਪਾਸ ਹੋਣਾ ਜ਼ਰੂਰੀ ਹੈ। ਲੇਕਿਨ ਪੇਪਰ ਦੇ ਵਿੱਚ ਕੰਪਿਊਟਰ ਨਹੀਂ ਪੁੱਛਿਆ ਜਾ ਰਿਹਾ। ਭਈ ਇੱਕ ਪਾਸੇ ਤਾਂ ਤੁਸੀਂ ਕੰਪਿਊਟਰ ਮੰਗ ਰਹੇ ਹੋ, ਦੂਸਰੇ ਪਾਸੇ ਤੁਸੀਂ ਇਗਜ਼ਾਮ 'ਚ ਹੀ ਕੰਪਿਊਟਰ ਨਹੀਂ ਪੁੱਛ ਰਹੇ ਹੋ। ਤਾਂ ਇਹ ਕੰਡੀਸ਼ਨ ਦੀ ਵਜ੍ਹਾ ਹੀ ਹੋਈ ਹੈ ਕਿ ਬਹੁਤ ਸਾਰੇ ਸਾਡੇ ਦੇਸ਼ 'ਚ 70% ਸਿੱਖ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਨੇ ਜਿਹੜੇ ਸਿੱਖਿਆ ਦੂਰਸਤ ਸਿੱਖਿਆ ਕਰਦੇ ਨੇ ਜਿੱਦਾਂ ਕੋਈ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦਾ ਹੈ। ਕੁ ਡਿਸਟੈਂਸ ਐਜੂਕੇਸ਼ਨ ਤੋਂ ਕਰਦਾ ਉਹ ਬੱਚੇ ਜਾ ਕੇ ਕੰਪਿਊਟਰ ਦੀ ਸਿੱਖਿਆ ਰੈਗੂਲਰ ਨਹੀਂ ਲੈ ਸਕਦੇ ਤਾਂ ਉਹ ਬੱਚੇ ਇਸ ਭਰਤੀ ਤੋਂ ਵਾਂਝੇ ਰਹਿ ਗਏ ਨੇ ਲੇਕਿਨ ਇਹ ਗੱਲ ਕਰਨ ਵਾਲੀ ਹੈਗੀ ਆ ਵੀ ਜਦੋਂ ਇੱਕ ਸਟੇਟ ਦੇ ਵਿੱਚ ਸਚੀਵ ਸੈਕਟਰੀ ਲਾਣਾ ਆ ਹਰਿਆਣਾ ਵਿੱਚ ਵੀ ਸੇਮ ਹੈ ਰਾਜਸਥਾਨ ਵਿੱਚ ਵੀ ਸੇਮ ਹੈ ਸੇਮ ਕਾਰਜਗਾਰ ਹੈ ਪਰ ਇਹਦੇ ਫਿਰ ਅਡਡ ਨੋਰਮਸ ਕਿਉਂ ਨੇ ਤਾਂ ਇਹ ਐਸੇ ਇਹ ਗੁੰਝਲਦਾਰ ਚੀਜ਼ਾਂ ਹੈ ਪੰਜਾਬ ਦੇ ਵਿੱਚ ਵੀ ਤਾਂ ਐਸਐਸਸੀ ਬੋਰਡ ਜਾਂ ਪੀਪੀਐਸਸੀ ਬੋਰਡ ਹੈਗਾ ਉਹਦੇ ਤਹਿਤ ਹੁੰਦੀਆਂ ਭਰਤੀਆਂ ਫਿਰ ਪ੍ਰੋਬਲਮ ਕਿੱਥੇ ਆ ਕਿਹੜੀਆਂ-ਕਿਹੜੀਆਂ ਭਰਤੀਆਂ 'ਚ ਦਿੱਕਤਾਂ ਆਉਂਦੀਆਂ ਸਭ ਤੋਂ ਵੱਡੀ ਇਹਦੇ 'ਚ ਪ੍ਰੋਬਲਮ ਇਹ ਹੈਗੀ ਕਿ ਪੰਜਾਬ ਦੇ ਵਿੱਚ ਇੱਕ ਨਹੀਂ ਇੱਕ ਤੋਂ ਜ਼ਿਆਦਾ ਭਰਤੀ ਬੋਰਡ ਨੇ ਜਿਵੇਂ ਗੱਲ ਕਰਦੇ ਆਂ ਤਾਂ ਚਾਹੇ ਪਾਵਰਕਾਮ ਨੇ ਪੋਸਟਾਂ ਕੱਢਣੀਆਂ ਤਾਂ ਪਾਵਰਕਾਮ ਦੀਆਂ ਪੋਸਟਾਂ ਆਪਣੀ ਹੀ ਤਰੀਕੇ ਨਾਲ ਪੇਪਰ ਕੰਡਕਟ ਕਰਾਉਂਦੀ ਹੈ ਹੁਣ ਸਿਮਿਲਰਲੀ ਆਪਾਂ ਦੇਖ ਲਈਏ ਰਾਜਸਥਾਨ ਰਾਜਸਥਾਨ ਦਾ ਆਰਪੀਐਸਸੀ ਤੋਂ ਬਾਅਦ ਇੱਕ ਬੋਰਡ ਹੈ ਉਹ ਸਾਰੀਆਂ ਭਰਤੀਆਂ ਕਵਰ ਕਰਦਾ ਹੈ ਸਿਮਿਲਰਲੀ ਦਿੱਲੀ ਦੇ ਵਿੱਚ ਡੀਐਸਐਸਬੀ ਬੋਰਡ ਹੈ ਸਿਮਰ ਲਈ ਹਰਿਆਣਾ ਦੇ ਵਿੱਚ ਗੱਲ ਕਰ ਲਈਏ ਤਾਂ ਹਰਿਆਣਾ ਐਚਪੀਸੀਐਸ ਤੋਂ ਬਾਅਦ ਐਚਐਸਐਸਸੀ ਬੋਰਡ ਹੈ ਸਾਡੇ ਸਟੇਟ ਦੇ ਵਿੱਚ ਪੀਟ੍ਰੀਪਲ ਐਸਵੀ ਬੋਰਡ ਹੈ ਲੇਕਿਨ ਉਸ ਤੋਂ ਵਨ ਜੇ 6 ਬੋਰਡ ਨੇ ਜਿਵੇਂ ਕਿ ਪੁੱਡਾ ਦੇ ਅਲੱਗ ਪੇਪਰ ਕੰਡਕਟ ਹੁੰਦੇ ਨੇ ਪੀਟ੍ਰੀਪਲ ਐਸਵੀ ਤੋਂ ਅਲਾਵਾ ਹਟ ਕੇ ਦੇਖੀਏ ਪਾਵਰਕਾਮ ਦੇ ਵੱਖਰੇ ਪੇਪਰ ਹੁੰਦੇ ਨੇ ਪੁਲਿਸ ਡਿਪਾਰਟਮੈਂਟ ਦੇ ਵੱਖਰੇ ਪੇਪਰ ਹੁੰਦੇ ਨੇ ਠੀਕ ਹੈ ਜੀ ਔਰ ਇਹਨਾਂ ਚੀਜ਼ਾਂ ਦੇ ਵਿੱਚੋਂ ਚੀਜ਼ ਹੁਣ ਨਿਕਲ ਕੇ ਇਹ ਆਉਂਦੀ ਹੈ ਕਿ ਪਾਵਰਕਾਮ ਦੇ ਵੀ ਯੂਡੀਸੀ ਪੇਪਰ ਹੈ ਪੀ 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 ਐਸ ਸੀ ਵੀ ਪੇਪਰ ਕੰਡਕਟ ਕਰਦਾ ਅਪਰ ਡਿਵੀਜ਼ਨ ਕਲਰਕ ਦੇ ਔਰ ਪੀ ਟ੍ਰੀ ਪਲੱਸ ਵੀ ਕਰਦਾ ਲੇਕਿਨ ਇਹਨਾਂ ਦੇ ਸਿਲੇਬਸ ਵੱਖਰੇ ਵੱਖਰੇ ਹੁੰਦੇ ਆ ਹੁਣ ਇਹਦੀ ਚੀਜ਼ ਨੋਟਿਸ ਕਰਨ ਵਾਲੀ ਹੈ ਕਿ ਇੱਕ ਬੰਦੇ ਨੇ ਬੀਏ ਕੀਤੀ ਹੈ ਸਰ ਕਿਸੇ ਸਟੂਡੈਂਟ ਨੇ ਪੰਜਾਬ ਦੇ ਕਿਸੇ ਵੀ ਯੂਨੀਵਰਸਿਟੀ ਤੋਂ ਕੀਤੀ ਸਭ ਦਾ ਸਿਲੇਬਸ ਸੇਮ ਹੈ ਲੇਕਿਨ ਇਹ ਆਡ 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 ਭਰਤੀ ਬੋਰਡਾਂ ਦੁਆਰਾ ਸੇਮ ਕੈਡਰ ਦੀ ਪੋਸਟ ਕੱਢੀ ਜਾਂਦੀ ਤਾਂ ਸਿਲੇਬਸ ਵੱਖਰਾ ਵੱਖਰਾ ਹੁੰਦਾ ਹੈ ਇਹ ਚੀਜ਼ ਗਲਤ ਹੈ ਤਾਂ ਬੱਚਾ ਜਦੋਂ ਤਿਆਰੀ ਕਰ ਰਿਹਾ ਹੁੰਦਾ ਇੱਕ ਤਾਂ ਉਹਨੂੰ ਇਹ ਬੋਝ ਕਿ ਰੋਜ਼ਗਾਰ ਮਿਲ ਨਹੀਂ ਰਿਹਾ ਜੇ ਕੋਈ ਆ ਗਈ ਪੋਸਟ ਖੋਜਾਣਾ ਖਾਸਤਾ ਤਾਂ ਫਿਰ ਇਹ ਕੰਫਿਊਜ਼ਨ ਕਿ ਉਹ ਮੈ ਸਿਲੇਬਸ ਕਿਹੜਾ ਪੜਾ ਭਰਤੀ ਹੋਣ ਲਈ ਬਿਲਕੁਲ ਬਿਲਕੁਲ ਸਹੀ ਗੱਲ ਹੈ ਕਹਿਣ ਦਾ ਮਤਲਬ ਹੈਗਾ ਕਿ ਸਿਲੇਬਸ ਸਾਡੇ ਕੋਲੇ ਇੱਕ ਐਸਾ ਸੈੱਲ ਹੋਣਾ ਚਾਹੀਦਾ ਹੈ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦਾ ਢਾਂਚਾ ਠੀਕ ਕਿਵੇਂ ਕਰ ਸਕਦੇ ਹਾਂ ਉਹਦੇ ਲਈ ਸਾਨੂੰ ਟੈਕਨੀਕਲ ਤੇ ਨੋਨ ਟੈਕਨੀਕਲ ਫੀਲਡ ਦੇ ਵਿੱਚ ਐਸਐਸ ਬੋਰਡ ਜਾਂ ਪੀਪੀਐਸਸੀ ਦੇ ਵਿੱਚ ਇੱਕ ਸੇਮ ਸਿਲੇਬਸ ਹੋਣਾ ਚਾਹੀਦਾ ਹੈ ਬੱਚਾ ਮੈਂਟਲੀ ਪ੍ਰਿਪੇਅਰ ਹੋਵੇ ਕਿ ਭਈ ਸਾਡਾ ਚਾਹ ਪੀਪੀਐਸਸੀ ਭਰਤੀ ਕੱਢੇ ਜਾਂ ਸਾਡਾ ਪੀਟ੍ਰੀਪਲ ਐਸ ਵੀ ਕੱਢੇ ਸਿਲੇਬਸ ਸੇਮ ਹੋ ਆਪਣੀ ਅਚਨਚੇਤ ਪਹਿਲਾਂ ਤੋਂ ਤਿਆ ਹੁਣ ਇਹਦੇ ਵਿੱਚ ਸਾਰ ਸਭ ਤੋਂ ਵੱਡੀ ਕਮੀ ਇਹ ਹੁੰਦੀ ਹੈ ਕਿ ਬੱਚੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਹੜੀ ਕੋਚਿੰਗ ਚੋਂ ਜਾ ਕੇ ਕਰਾਂ ਕਿਹੜੀ ਗਾਈਡ ਪੜਾਂ ਕਿਉਂਕਿ ਉਹ ਇੱਕ ਗਾਈਡ ਪੜੇਗਾ ਤਾਂ ਦੂਸਰੀ ਭਰਤੀ ਆ ਜਾਂਦੀ ਬੇਰੋਜ਼ਗਾਰ ਨੂੰ ਤਾਂ ਜ਼ਰੂਰਤ ਪੈਂਦੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਤਾਂ ਦੇਖੇਗਾ ਕਿ ਯਾਰ ਮੈਂ ਪੀਪੀਐਸਸੀ ਚ ਫਾਰਮ ਭਰਦਾ ਪੀਟਰ ਪਲਸ ਫਾਰਮ ਭਰਦਾ ਲੇਕਿਨ ਕਨਫਿਊਜ਼ ਹੋਰ ਡਬਲ ਖਰਚਾ ਉੱਥੇ ਪੈਂਦਾ ਔਰ ਮਿਹਨਤ ਦੁੱਗਣੀ ਕਰਨੀ ਪੈਂਦੀ ਜਦੋਂ ਦੋਨਾਂ ਦੇ ਸਿਲੇਬਸ ਵੱਖਰੇ ਹੁੰਦੇ ਆ ਇੱਕ ਬੇਰੁਜ਼ਗਾਰ ਜਿਵੇਂ ਤੁਸੀਂ ਕਿਹਾ ਕਿ ਉਹਦੀ ਮਾਨਸਿਕਤਾ ਹੈ ਜਿਹੜੀ ਉਹਨੂੰ ਸਮਝਣ ਦੀ ਲੋੜ ਆ ਸਰਕਾਰ ਨੇ ਤਾਂ ਆਪਣੇ ਕਮਰਿਆਂ ਦੇ ਵਿੱਚ ਬਹਿ ਕੇ ਜਾਂ ਵਿਧਾਨ ਸਭਾ ਦੇ ਵਿੱਚ ਬਹਿ ਕੇ ਕਾਨੂੰਨ ਬਣਾਉਣਾ ਹੈ ਜਾਂ ਫੈਸਲਾ ਲੈਣਾ ਕੋਈ ਪਰ ਕਿ ਬੇਰੁਜ਼ਗਾਰ ਭਾਵੇਂ ਉਹ ਲਾਇਬ੍ਰੇਰੀ ਚ ਪੜ ਰਿਹਾ ਚਾਹੇ ਆਪਣੇ ਬੈੱਡਰੂਮ ਚ ਪੜ ਰਿਹਾ ਕਿਤੇ ਵੀ ਉਹ ਹੈਗਾ ਚਾਹੇ ਸੜਕ ਤੇ ਬਹਿ ਕੇ ਪੜ ਰਿਹਾ ਉਹਦੇ ਉੱਤੇ ਤਾਂ ਸਟ੍ਰੈਸ ਪਹਿਲਾਂ ਹੀ ਬਹੁਤ ਹੁੰਦਾ ਕਿ ਮੈਂ ਕਿਵੇਂ ਨਾ ਕਿਵੇਂ ਭਰਤੀਆਂ ਕਰਨੀਆਂ ਤੇ ਉਹ 2-3 ਥਾਵਾਂ ਤੇ ਫਾਰਮ ਨਿਕਲਦੇ ਆ ਜੇ ਨਿਕਲਣ ਤੋਂ ਭਰ ਦਿੰਦਾ ਤਾਂ ਫਿਰ ਉਹਦੀ ਇੱਕ ਪਾਸੇ ਪੈਸੇ ਦੀ ਬਰਬਾਦੀ ਇੱਕ ਸਮੇਂ ਦੀ ਬਰਬਾਦੀ ਫਿਰ ਉਹਨੂੰ ਰਾਹ ਕਿਉਂ ਨਹੀਂ ਲੱਭਦਾ ਰਾਹ ਲੱਭਿਆ ਕਿਵੇਂ ਜਾ ਸਕਦਾ ਦੇਖੋ ਰਾਹ ਲੱਭਣ ਦੇ ਲਈ ਅ ਅਸੀਂ ਕੀ ਕੀਤਾ ਸੀਗਾ ਇਸ ਪਲੇਟਫਾਰਮ ਦੇ ਉੱਪਰ ਪਿਛਲੇ 7 ਸਾਲਾਂ ਤੋਂ ਪੰਜਾਬ ਦੇ ਯੁਵਾ ਨੂੰ ਅ ਅਸੀਂ ਰੋਜ਼ਗਾਰ ਦੇ ਸੰਬੰਧ ਦੇ ਵਿੱਚ ਪ੍ਰਿਪਰੇਸ਼ਨ ਕਰਾ ਰਹੇ ਹਾਂ ਔਰ ਅਸੀਂ ਇੰਡੀਆ ਲੈਵਲ ਦੇ ਵਿੱਚ ਬਹੁਤ ਅੱਛਾ-ਅੱਛੇ ਟੀਚਰਸ ਹੈ ਔਰ ਖਾਸ ਤੌਰ ਤੇ ਮੈਂ ਇਸ ਫੀਲਡ ਦੇ ਵਿੱਚ ਬਹੁਤ ਸਾਰੇ ਜਿੰਨੇ ਵੀ ਨੋਲੇਜਦਾਰ ਲੋਕ ਮਿਲੇ ਉਹਨਾਂ ਨਾਲ ਕੰਟੈਕਟ ਕੀਤਾ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਐਸਾ ਬੱਚਿਆਂ ਨੂੰ ਕੀ ਤੀਰ ਦੇ ਸਕਦੇ ਹਾਂ ਔਰ ਗਵਰਨਮੈਂਟ ਨੂੰ ਸੁਝਾਅ ਵੀ ਦੇਣਾ ਕੀ ਦੇ ਸਕਦੇ ਹਾਂ ਤਾਂ ਅਸੀਂ ਪਿਛਲੇ ਇਸ ਟਾਈਮ ਦੇ ਵਿੱਚ ਦਿੱਤਾ ਔਰ ਪ੍ਰੈਜੈਂਟ ਟਾਈਮ ਦੇ ਵਿੱਚ ਵੀ ਸੁਝਾਅ ਦਿੱਤਾ ਸੀਗਾ ਕਿ ਸਾਨੂੰ ਇੱਕ ਇਸ ਤਰੀਕੇ ਦੀ ਬੜੀ ਸਿੰਪਲ ਜੀ ਸੁਧਾਰਨ ਜੀ ਚੀਜ਼ ਹੈ ਇਨੂੰ ਗੁੰਝਲਦਾਰ ਨੂੰ ਖਤਮ ਕਰਨ ਦੇ ਲਈ ਇੱਕ ਤਰੀਕ ਇੱਕ ਪ੍ਰੋਪਰ ਸਟਰਕਚਰ ਬਣਾਉਣਾ ਚਾਹੀਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਸੈੱਲ ਬਣਾਉਣਾ ਚਾਹੀਦਾ ਹੈ ਸੈੱਲ ਦੇ ਵਿੱਚ ਇਹ ਹੈਗਾ ਕਿ ਉਹਦੀ ਥੀਮ ਹੋਣੀ ਚਾਹੀਦੀ ਹੈ ਟਾਈਮਲੀ ਰਿਕਰੂਟਮੈਂਟ ਟਾਈਮਲੀ ਐਗਜ਼ਾਮ ਤੇ ਟਾਈਮਲੀ ਰਿਜ਼ਲਟ ਤੇ ਟਾਈਮਲੀ ਪੋਸਟਿੰਗ ਹੁਣ ਇਹਦਾ ਤੁਹਾਨੂੰ ਮੈਂ ਦੱਸਦਾ ਵੀ ਡਿਸਐਡਵਾਂਟੇਜ ਕੀ ਹੈ ਜਿਹੜੇ ਬੱਚਿਆਂ ਨੇ ਪਿਛਲੇ ਸਾਲ ਪਟਵਾਰੀ ਦੀ ਭਰਤੀ ਆਈ ਸੀਗੀ 14 ਜਨਵਰੀ ਦੇ ਆਸ-ਪਾਸ ਆਈ ਸੀਗੀ ਉਹਦਾ ਪ੍ਰੀ ਪੇਪਰ ਕੀਤਾ ਫਿਰ ਮੇਨ ਪੇਪਰ ਹੋਇਆ ਮੇਨ ਪੇਪਰ ਹੋਣ ਤੋਂ ਬਾਅਦ ਵੀ ਬੱਚਿਆਂ ਨੂੰ ਹਜੇ ਤੱਕ ਪੂਰਨ ਬੱਚਿਆਂ ਨੂੰ ਹਜੇ ਤੱਕ ਪੋਸਟਿੰਗ ਨਹੀਂ ਮਿਲੀ ਹੈ ਜੇ ਕਹਿਣ ਦਾ ਮਤਲਬ ਵੀ ਇਹ ਵੱਧਦੀ ਫਰਸਟ੍ਰੇਸ਼ਨ ਵੱਧ ਰਹੀ ਹੈ ਟਾਈਮ ਬਾਉਂਡ ਹੋਣਾ ਚਾਹੀਦਾ ਸੇਮ ਚੀਜ਼ ਤੁਸੀਂ ਦੇਖੋ ਆਈਬੀਪੀਐਸ ਹੈ ਸਾਰੇ ਜਿੰਨੇ ਪੀਐਸਸੀ ਪੀਐਸ ਬੈਂਕ ਨੇ ਉਹਨਾਂ ਬੈਂਕਾਂ ਨੇ ਆਈਬੀਪੀਐਸ ਉਹਨਾਂ ਦੀ ਬੇਪਰਤੀ ਪ੍ਰਕਿਰਿਆ ਕਰਦਾ ਸਰ ਉਹ ਕੀ ਕਰਦਾ ਫਰਵਰੀ ਦੇ ਵਿੱਚ ਨੋਟੀਫਿਕੇਸ਼ਨ ਦੇ ਦਿੰਦਾ ਉਹਨਾਂ ਦੇ ਤਕਰੀਬਨ ਅਕਤੂਬਰ ਦੇ ਵਿੱਚ ਜਾ ਕੇ ਪ੍ਰੀਖਿਆ ਹੋਣੀ ਹੈ ਉਸ ਇਸ਼ਤਿਹਾਰ ਦੇ ਵਿੱਚ ਇਹ ਚੀਜ਼ ਮੈਂਸ਼ਨ ਹੁੰਦੀ ਹੈ ਕਿ ਤੁਹਾਡੇ ਇਹ ਰਜਿਸਟ੍ਰੇਸ਼ਨ ਜੁਲਾਈ ਮਹੀਨਾ ਚ ਹੋਣਗੇ ਇੱਕ ਮਹੀਨੇ ਦਾ ਟਾਈਮ ਹੋਏਗਾ ਇੱਕ ਮਹੀਨੇ ਤੋਂ ਬਾਅਦ ਤੁਹਾਡਾ ਇੱਕ ਮਹੀਨੇ ਬਾਅਦ ਪ੍ਰੀਲੀਮਰੀ ਪੇਪਰ ਹੋਣਾ ਤੁਹਾਡੇ ਤੁਹਾਨੂੰ 10 ਦਿਨ ਐਡਮਿਟ ਕਾਰਡ ਲਈ ਮਿਲਣਗੇ ਤੁਹਾਡਾ ਇੰਨੇ ਦਿਨਾਂ ਚ ਪ੍ਰੀਲੀਮਰੀ ਰਿਜ਼ਲਟ ਆ ਰਿਹਾ ਹੈ ਕਹਿਣ ਦਾ ਮਤਲਬ ਹੈਗਾ ਕਿ ਮੈਂਟਲੀ ਪ੍ਰਪੇਅਰ ਐਡਵਾਂਸ ਬੱਚਾ 6 ਮਹੀਨੇ ਹੈ ਉਹ 6 ਮਹੀਨਿਆਂ ਦੇ ਲਈ ਆਪਣੀ ਪੂਰੀ ਧਾਕੜ ਤਿਆਰੀ ਕਰਕੇ ਬੈਠਾ ਹੈ ਉਹ ਰ ਆਰਾਮ ਨਾਲ ਆਪਣਾ ਰੋਜ਼ਗਾਰ ਹਾਸਿਲ ਕਰ ਰਿਹਾ ਹੈ ਜਦੋਂ ਇਸ ਤਰ੍ਹਾਂ ਦੀ ਸਾਡੇ ਕੋਲ ਧਾਰਨਾ ਨੇ ਇਸ ਤਰ੍ਹਾਂ ਦੇ ਸਟਰਕਚਰ ਕੀਤੇ ਗਏ ਨੇ ਤਿਆਰ ਤਾਂ ਫਿਰ ਪੰਜਾਬ ਸੂਬੇ ਚ ਐਸੀ ਕਿਹੜੀ ਗੱਲ ਹੋਗੀ ਸਰਕਾਰ ਦੀ ਮਜਬੂਰੀ ਕੀ ਹੈ ਕਿ ਕਰਨਾ ਨਹੀਂ ਚਾਹੁੰਦੀ ਜਾਂ ਸਮਝ ਨਹੀਂ ਹੈਗੀ ਬੇਸਿਕਲੀ ਇਹਦੇ ਵਿੱਚ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਰਕਾਰ ਨੂੰ ਇਹਦੇ ਤੇ ਇੱਕ ਪ੍ਰੋਪਰ ਬੱਚਿਆਂ ਨੂੰ ਰੁਜ਼ਗਾਰ ਦੇਣ ਦੇ ਲਈ ਇੱਕ ਮਿਸ਼ਨ ਬਣਾਉਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਤਾਂ ਸਾਡੇ ਮੈਂ ਕਹਿ ਸਕਦਾ ਕਿ ਸੀਐਮ ਸਾਹਿਬ ਨੂੰ ਅਸੀਂ ਵਧਾਈ ਦੇ ਪਾਤਰ ਗਿਣਾਂਗੇ ਕਿ ਐਸੇ ਸਟੇਟ ਦੇ ਵਿੱਚ ਨਹੀਂ ਬਲਕਿ ਪੂਰੇ ਇੰਡੀਆ ਦੇ ਵਿੱਚ ਪਹਿਲੇ ਸੀਐਮ ਨੇ ਜਿਨ੍ਹਾਂ ਨੇ ਪਹਿਲੀ ਕਲਮ ਰਿਕਰੂਟਮੈਂਟ ਦੇ ਉੱਪਰ ਦਿੱਤੀ ਹੈ ਮੈਂ ਮੰਨਾਂਗਾ ਕਿ ਅੱਜ ਜਿਹੜੇ ਬੱਚੇ ਪਿਛਲੇ ਟਾਈਮ ਦੇ ਵਿੱਚ ਬੱਚੇ ਇਨਾ ਟਾਈਮਾਂ ਦੇ ਵਿੱਚ ਇੰਤਜ਼ਾਰ ਕਰਦੇ ਸੀ ਕਿ ਯਾਰ ਨੋਟੀਫਿਕੇਸ਼ਨ ਕਦੋਂ ਆਏਗਾ ਅੱਜ ਜੋ ਬੱਚੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਆ ਬਸ ਥੋੜੀ ਜੀ ਕੋਸ਼ਿਸ਼ ਕਰ ਤੇ ਸੀਐਮ ਸਾਹਿਬ ਕਰ ਦੇਣ ਨਾ ਔਰ ਮੈਨੂੰ ਉਮੀਦ ਹੈ ਕਿ ਸਟਰਕਚਰ ਬਹੁਤ ਅੱਛਾ ਬਣ ਸਕਦਾ ਹੈ ਜਿਵੇਂ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿੰਨੇ ਵੀ ਨੋਟੀਫਿਕੇਸ਼ਨ ਆਊਟ ਹੋਣੇ ਆ ਉਹਦੇ ਵਿੱਚ ਗ੍ਰੇਡ B ਗ੍ਰੇਡ C ਤੇ ਗ੍ਰੇਡ D ਉਹ ਗ੍ਰੇਡ C ਦੇ ਖਾਸ ਤੌਰ ਤੇ ਜਿੰਨੇ ਵੀ ਸਟਾਰ ਆਊਟ ਹੁੰਦੇ ਨੇ ਉਹਨਾਂ ਦੇ ਇੱਕ ਟਾਈਮ ਟੇਬਲ ਆਊਟ ਹੋ ਜੇ ਵੀ ਇੱਕ ਸਾਲ ਪਹਿਲਾਂ ਵੈਬਸਾਈਟ ਤੇ ਆ ਜੇ ਕਿ ਅਸੀਂ 10000 ਪੋਸਟਾਂ ਦੇਣ ਜਾ ਰਹੇ ਹਾਂ ਫਰਜ਼ ਕਰੋ ਕਿ 10000 ਪੋਸਟਾਂ ਦੇਣੀਆਂ ਹਨ ਔਰ ਅਸੀਂ ਉਹਨਾਂ ਦੀ ਫਿਕਸ ਫੀਸ ਹੈ 1000 ਰੁਪਿਆ ਇਸ ਕੈਟਾਗਰੀ ਦੇ ਲਈ ਹੈ 500 ਇਸ ਦੇ ਲਈ ਹੈ 250 ਇਸ ਦੇ ਲਈ ਹੈ ਔਰ ਉਸੇ ਹੀ ਨੋਟੀਫਿਕੇਸ਼ਨ ਦੇ ਉੱਪਰ ਬੱਚਿਆਂ ਨੂੰ ਕਲੀਅਰਲੀ ਮੈਂਸ਼ਨ ਹੋਵੇ ਕਿ ਤੁਹਾਡਾ ਪੇਪਰ ਅਸੀਂ ਆ ਸਿਲੇਬਸ ਹੋਏਗਾ ਇਹ ਤਰੀਕ ਤੁਹਾਡੀ ਰਜਿਸਟ੍ਰੇਸ਼ਨ ਦੀ ਹੈ ਔਰ ਤੁਹਾਡਾ ਇੰਨੇ ਟਾਈਮ ਬਾਅਦ ਅਸੀਂ ਟੈਂਟੇਟਿਵ ਡੇਟ ਦੇ ਦੇਣ ਕਿ ਹਾਂ ਬਈ ਥੋੜਾ ਬਹੁਤ ਅੱਗੇ ਨੀਚੇ ਹੋ ਸਕਦਾ ਹੈ ਉਹ ਬੱਚੇ ਨੂੰ ਐਡਵਾਂਟੇਜ ਮਿਲੇਗਾ ਕਿ ਸਰ ਉਹ ਪਹਿਲਾਂ ਗਾਈਡ ਲੈ ਲੇਗਾ 1000 ਰੁਪਏ ਉਹਨੇ ਫੀਸ ਦਾ ਭਰਤਾ 1000 ਰੁਪਏ ਦੀ ਗਾਈਡ ਲੈ ਲੇਗਾ ਜਾਂ ਉਸਨੇ ਕਿਤੇ ਕੋਚਿੰਗ ਕਰਨੀ ਤੇ ਉਹ ਆਪਣਾ ਪਹਿਲਾਂ ਪ੍ਰੀਲੀਮਰੀ ਪ੍ਰਪੇਅਰ ਹੋ ਜਾਏਗਾ ਤੇ ਆਪਣੇ ਸਮਾਂ ਰਹਿੰਦੇ ਹੋਏ ਵਿਧਿਨ ਇੱਕ ਸਾਲ ਦੇ ਵਿੱਚ ਉਹ ਟਾਈਮ ਬਾਉਂਡਲੀ ਰਿਕਰੂਟ ਪੂਰੀ ਕਰ ਜਾਏਗਾ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਹੈ ਜਿਹੜੀ ਇਹ ਤਜਰਬੇ ਵਿੱਚ ਤੁਸੀਂ ਚੀਜ਼ ਸਿੱਖੀ ਆਰ ਸਲਾਹ ਵੀ ਦੇ ਰਹੇ ਹਾਂ ਕਿ ਇਸ ਤਰ੍ਹਾਂ ਦਾ ਸੈੱਲ ਬਣਾ ਦਿਓ ਤੇ ਫਿਰ ਸਾਰੀਆਂ ਸਮੱਸਿਆਵਾਂ ਜਿਹੜੀਆਂ ਭਰਤੀ ਪ੍ਰਕਿਰਿਆ ਨੂੰ ਲੈ ਕੇ ਹੱਲ ਹੋ ਜਾਣਗੀਆਂ ਇਹ ਹੱਲ ਇਸੇ ਦੇ ਨਾਲ ਹੀ ਬਣਦਾ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਭਰਤੀ ਨੂੰ ਲੈ ਕੇ ਜੁੜੀਆਂ ਹੋਈਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਖਾਸ ਕਰਕੇ ਉਮੀਦਵਾਰ ਨੌਜਵਾਨ ਮੁੰਡੇ ਕੁੜੀਆਂ ਤਿਆਰੀ ਗਰਾਊਂਡ ਵਿੱਚ ਸ਼ਾਮ ਸਵੇਰ ਕਰਦੇ ਆ ਪੰਜਾਬ ਪੁਲਿਸ ਵਾਲੇ ਉਹਨਾਂ ਦੀ ਕੋਈ ਭਰਤੀ ਰੱਦ ਹੋ ਜਾਂਦੀ ਹੈ ਕੋਈ ਸਿਰੇ ਨਹੀਂ ਚੜਦੀ ਕੋਈ ਕਿਸੇ 'ਚ ਕੋਈ ਪ੍ਰੋਬਲਮ ਕਿਸੇ 'ਚ ਕੋਈ ਪ੍ਰੋਬਲਮ ਸਰ ਇਹਦਾ ਤੁਸੀਂ ਬਹੁਤ ਅੱਛਾ ਪੁਆਇੰਟ ਚੁੱਕਿਆ ਹੈ ਇਹਦਾ ਸਭ ਤੋਂ ਵੱਡਾ ਖਮਿਆਜਾ ਪਿਛਲੇ ਸਾਲ ਅਸੀਂ ਚੁੱਕਿਆ ਬਹੁਤ ਸਾਰੇ ਬੱਚਿਆਂ ਨੇ ਲੱਖਾਂ ਬੱਚਿਆਂ ਨੇ ਜਿਵੇਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਹੈ ਪੁਲਿਸ ਦੇ ਵਿੱਚ ਰਿਕਰੂਟਮੈਂਟ ਆਉਂਦੀ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਔਰ ਇਹ ਇਹ ਜ਼ਿੰਮੇਦਾਰੀ ਹੁੰਦੀ ਹੈ ਉਸ ਡਿਪਾਰਟਮੈਂਟ ਕੋਲੇ ਕਿ ਉਹ ਆਪਣੇ ਬੋਰਡ ਖੁਦ ਵੀ ਕਰਾ ਸਕਦਾ ਹੈ ਜਾਂ ਕਿਸੇ ਨੂੰ ਜ਼ਿੰਮੇਦਾਰੀ ਦੇ ਵੀ ਸਕਦਾ ਹੈ ਟੈਂਡਰ ਦੇ ਸਕਦਾ ਟੈਂਡਰ ਆਊਟ ਕੀਤਾ TCS ਨੂੰ ਪੇਪਰ ਦਿੱਤਾ ਬੱਚਿਆਂ ਨੇ ਦਿਨ ਰਾਤ ਰੱਜ ਕੇ ਮਿਹਨਤ ਕੀਤੀ ਕੋਚਿੰਗ ਤੇ ਪੈਸਾ ਲਾਇਆ ਔਰ ਬਾਅਦ ਦੇ ਵਿੱਚ ਉਹਦੇ ਚ ਨਕਲ ਚੋਰੀ ਫੜੇ ਜਾਂਦੇ ਨੇ ਔਰ ਪ੍ਰਤੀਕ ਪੂਰੀ ਕੈਨਸਲ ਹੁਣ ਇਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ ਬੱਚਿਆਂ ਨੂੰ ਸਿਮਿਲਰਲੀ ਹੈ ਕਿ ਅਗਰ ਉਥੇ ਹੀ ਟਾਈਮ ਬਾਉਂਡ ਕੋਈ ਚੀਜ਼ ਹੋਵੇ ਜ਼ਿੰਮੇਦਾਰੀ ਤੈਅ ਹੋਵੇ ਕਿ ਆਹ ਬੋਰਡ ਪੰਜਾਬ ਦਾ ਕਰ ਰਿਹਾ ਜਿਵੇਂ ਪਹਿਲਾਂ ਹੁੰਦਾ ਸੀ ਜਾਂ ਤਾਂ ਉਵੇਂ ਕਰ ਦੋ ਜਾਂ ਫਿਰ ਉਹਨੂੰ ਕਰਨਾ ਹੈ ਤੇ ਕੰਡੀਸ਼ਨਸ ਨਾਲ ਕੀਤਾ ਜਾਵੇ ਕਿ ਭਾਈ ਅਸੀਂ ਤੁਹਾਡਾ ਪੇਪਰ ਜਿਹੜਾ ਫਿਜ਼ੀਕਲੀ ਬਾਅਦ ਦੇ ਵਿੱਚ ਹੈ ਉਹਦਾ ਟਾਈਮ ਤੇ ਤੁਹਾਡੇ ਰਿਟਨ ਪੇਪਰ ਚ 2 ਮਹੀਨੇ ਦਿੱਤਾ ਜਾਏਗਾ ਤਾਂ ਉਥੇ ਵੀ ਉਹਨੂੰ ਪਤਾ ਲੱਗੇਗਾ ਕਿ ਯਾਰ ਮੇਰੇ ਕੋਲ 60 ਦਿਨ ਹੈਗੇ ਆ ਫਿਜ਼ੀਕਲੀ ਤਿਆਰੀ ਕਰਨ ਦੇ ਲਈ ਜੀ ਜੀ ਇੱਕ ਮੇਰਾ ਆਖਰੀ ਸਵਾਲ ਹੈ ਜਿਸ ਨਾਲ ਜੁੜਿਆ ਹੋਇਆ ਕਿ ਜਿਵੇਂ ਇੱਕ 1158 ਪ੍ਰੋਫੈਸਰਾਂ ਦੀ ਭਰਤੀ ਦੀ ਗੱਲ ਹੋਈ ਵੀ ਇੰਨੇ ਸਾਲ ਹੋ ਗਏ ਕਾਲਜਾਂ 'ਚ ਭਰਤੀ ਨਹੀਂ ਹੋਈ ਰੈਗੂਲਰ ਇੱਕ ਠੇਕੇ ਤੇ ਭਰਤੀ ਹੋਣੀ ਹੈ ਇੱਕ ਰੈਗੂਲਰ ਭਰਤੀ ਹੋਣੀ ਸਰਕਾਰ ਰੈਗੂਲਰ ਭਰਤੀ ਘਟ ਕੱਢਦੀ ਹੈ ਇਸ ਦੇ ਨਾਲ ਵੀ ਬਹੁਤ ਵੱਡਾ ਨੁਕਸਾਨ ਹੈ ਇਹ ਸਿਆਸੀ ਕਾਰਨ ਵੀ ਹੋ ਸਕਦੇ ਹੋਰ ਬੜੀਆਂ ਚੀਜ਼ਾਂ ਹੋ ਸਕਦੀਆਂ ਪਰ ਇਸ ਮਸਲੇ ਦੇ ਵਿੱਚ ਕੀ ਸੁਝਾਅ ਆਉਣਾ ਚਾਹੀਦਾ ਸਰਕਾਰ ਲਈ ਕਿ ਤੁਸੀਂ ਭਰਤੀ ਜੇ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰੋ ਦੇਖੋ ਇਹਦੇ ਚ ਦੋ ਚੀਜ਼ਾਂ ਨੇ ਸਰ ਜੇ ਸਰਕਾਰੀ ਪੱਖ ਤੋਂ ਦੇਖੀਏ ਤਾਂ ਮੈਂ ਤੁਹਾਨੂੰ ਜਿਵੇਂ ਹੁਣ ਪੂਰੀ ਕਾਰਨ ਦੱਸਿਆ ਹੈ ਕਿ ਪਿਛਲੇ ਲਗਭਗ 1.5 ਤੋਂ 2 ਸਾਲ ਖਰ ਪਰਤੀ ਨੂੰ ਲੱਗ ਰਿਹਾ ਤਾਂ ਸਰਕਾਰ ਨੇ ਅੱਜ ਹੀ ਅਗਰ ਪੋਸਟਾਂ ਪੂਰੀਆਂ ਕਰਨੀਆਂ ਤਾਂ ਉਹਨਾਂ ਨੂੰ ਅਚਨਚੇਤਾ ਕਰ ਨਹੀਂ ਸਕਦੇ ਤਾਂ ਤਾਂ ਦੋ ਠੇਕੇ ਤੇ ਰੱਖਦੇ ਨੇ ਦੂਸਰੀ ਸਥਿਤੀ ਇਹ ਹੈਗੀ ਹੈ ਕਿ ਅਗਰ ਸਰਕਾਰ ਅੱਜ ਵੀ ਇਸ ਪਾਲਿਸੀ ਨੂੰ ਅਪਣਾ ਲੈਂਦੀ ਹੈ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹਾਂਗਾ ਮੰਨ ਲਓ ਕਿ ਸਰ ਨੇ 2700 ਸਮਥਿੰਗ ਪੋਸਟਾਂ ਕਲਰਕ ਦੀਆਂ ਕੱਢੀਆਂ ਗਈਆਂ ਉਹਦੇ ਚ ਬੀਟੈਕ ਦੇ ਬੱਚਿਆਂ ਨੇ ਵੀ ਫਾਰਮ ਭਰਿਆ ਜਿਹੜੇ ਬੱਚੇ ਕੀ ਖਾਸ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਜੇਈ ਵਗੈਰਾ ਦਾ ਪਰਫਾਰਮ ਐਗਜ਼ਾਮ ਦੇ ਚੁੱਕੇ ਸੀ ਪੀਪੀਐਸਸੀ ਦੇ ਵਿੱਚ ਸਿਮਿਲਰਲੀ ਸਾਰਾ ਉਹਨਾਂ ਬੱਚਿਆਂ ਨੇ ਕਿਉਂਕਿ ਨੌਕਰੀ ਲੈਣੀ ਹੈ ਮਾਪਿਆਂ ਦਾ ਬੜਾ ਪ੍ਰੈਸ਼ਰ ਹੁੰਦਾ ਹੈ ਕਲਰਕ ਦੇ ਵਿੱਚ ਵੀ ਫਾਰਮ ਭਰਤਾ ਹੁਣ ਜਦੋਂ ਰਿਜ਼ਲਟ ਆਇਆ ਤਾਂ ਉਹ ਬੱਚਾ ਆਪਣੇ ਯੋਗਤਾ ਦੇ ਅਨੁਸਾਰ ਤਰਦੀਜ ਆਪਣੀ ਜੇਈ ਪੋਸਟ ਨੂੰ ਦੇਗਾ ਤਾਂ ਪੋਸਟਾਂ ਖਾਲੀ ਰਹਿ ਗਈਆਂ ਵੇਟਿੰਗ ਬੰਦ ਪਈ ਹੈ ਵੇਟਿੰਗ ਦੇ ਵਿੱਚ ਮੌਕਾ ਨਹੀਂ ਮਿਲੇਗਾ ਤਾਂ ਕਹਿਣ ਦਾ ਮਤਲਬ ਹੈਗਾ ਕਿ ਉਹਨਾਂ ਬੱਚਿਆਂ ਦੀ ਵਜ੍ਹਾ ਨਾਲ ਮੈਰਿਟ ਵੀ ਹਾਈ ਗਈ ਤੇ ਲੋ ਮੈਰਿਟ ਵਾਲੇ ਬੱਚਾ ਨੂੰ ਐਡਵਾਂਟੇਜ ਨਹੀਂ ਮਿਲਿਆ ਤਾਂ ਮੈਂ ਇੱਥੇ ਤੁਹਾਨੂੰ ਐਂਡ ਦੇ ਵਿੱਚ ਤੁਹਾਡੇ ذریعے ਸਰਕਾਰ ਨੂੰ ਰਿਕੁਐਸਟ ਕਰਾਂਗਾ ਕਿ ਵੀ ਆਰ ਦਾ ਯੰਗ ਆਫ ਦਾ ਪੰਜਾਬ ਐਂਡ ਸਾਡੇ ਕੋਲੇ ਉਹ ਚੀਜ਼ਾਂ ਹੈਗੀਆਂ ਕਿ ਅਸੀਂ ਸਰਕਾਰ ਦੀ ਸਹਾਇਤਾ ਕਰਨਾ ਚਾਹੁੰਦੇ ਨੇ ਮਦਦ ਕਰਨਾ ਚਾਹੁੰਦੇ ਆ ਇੰਨੇ 2.5 3 ਲੱਖ ਬੱਚਿਆਂ ਦੇ ਵਿਆਹਪ ਦੇ ਉੱਪਰ ਕਿ ਅਸੀਂ ਸਪੋਰਟ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹਨਾਂ ਦੇ ਵਿੱਚ ਕੀ ਕਰ ਸਕਦੇ ਆ ਆਪਾਂ ਜਿਵੇਂ ਕਿ ਪਹਿਲੀ ਚੀਜ਼ ਹੈਗੀ ਹੈ ਕਿ ਸਰਕਾਰ ਜ਼ਿੰਮੇਵਾਰੀ ਤੈਅ ਕਰਕੇ ਪੰਜਾਬ ਦੇ ਬੋਰਡ ਬਣਾ ਦੇਵੇ ਵੀ ਉਹਦੇ ਚ ਟਾਈਮਲੀ ਇਸਤਿਹਾਰ ਟਾਈਮਲੀ ਪ੍ਰੀਖਿਆ ਹੋਏਗੀ ਵੀ ਇਸਟਿਆਰ ਆਊਟ ਹੋਣ ਤੋਂ ਵਿਦਿਨ 6 ਮਹੀਨਿਆਂ ਪੇਪਰ 6 ਮਹੀਨਿਆਂ ਤੋਂ ਬਾਅਦ ਯਾਨੀ ਇਸ ਬੱਚਿਆਂ ਦਾ ਵਿਦਿਨ 2 ਮਹੀਨਿਆਂ ਦੇ ਵਿੱਚ ਪੇਪਰ ਲੈਣਾ ਹੀ ਲੈਣਾ ਹੈ ਮਤਲਬ 6 ਮਹੀਨਿਆਂ ਚ ਪੇਪਰ ਵੀ ਕੰਡਕਟ ਹੋ ਗਿਆ ਰਜਿਸਟ੍ਰੇਸ਼ਨ ਹੋ ਗਈ ਤੇ ਅਗਲੇ 2 ਮਹੀਨਿਆਂ ਚ ਬੱਚਿਆਂ ਨੂੰ ਰਿਜ਼ਲਟ ਦੇ ਕੇ ਪੋਸਟਿੰਗ ਦੇਣੀ ਹੈ ਤਾਂ ਇਹਦੇ ਚ ਬੜਾ ਲੰਬਾ ਟਾਂਚਾ ਟਾਈਮ ਨਹੀਂ ਲੱਗੇਗਾ ਕਿਉਂਕਿ 75 ਸਾਲ ਹੋ ਗਏ ਰਵਾਇਤੀ ਸਿਸਟਮ ਨੂੰ ਅਪਣਾਉਣਾ ਛੱਡਣਾ ਪਏਗਾ ਕਿਉਂਕਿ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ ਤਾਂ ਸਾਨੂੰ ਇਸ ਸਟਰਕਚਰ ਨੂੰ ਚੇਂਜ ਕਰਨ ਦੇ ਵਿੱਚ ਸਰਕਾਰ ਦਾ ਐਡਵਾਂਟੇਜ ਇਹ ਨਾ ਹੋਏਗਾ ਕਿ ਸਰਕਾਰ ਘੱਟ ਸਮੇਂ ਚ ਜ਼ਿਆਦਾ ਭਰਤੀ ਇਹ ਚੀਜ਼ ਹੈ ਦੂਜੀ ਚੀਜ਼ ਮੈਂ ਸਰ ਬੇਨਤੀ ਕਰਾਂਗਾ ਕਿ ਹਰ ਜੋ ਵੀ ਇਸਤਿਹਾਰ ਆਊਟ ਹੁੰਦੇ ਨੇ ਉਹਨਾਂ ਦੀ ਇੱਕ ਬੱਚਿਆਂ ਦੀ ਫੀਸ ਨਿਰਧਾਰਿਤ ਹੋਵੇ ਫੀਸ ਨਿਰਧਾਰਿਤ ਦਾ ਮਤਲਬ ਹੈਗਾ ਕਿ ਜਿਵੇਂ 1000 ਰੁਪਏ ਤੇ 1000 ਹੋਵੇ ਕੋਈ ਤਾਂ 1200 ਲੈ ਰਿਹਾ ਕੋਈ 1800 ਲੈ ਰਿਹਾ ਕੋਈ 3000 ਲੈ ਰਿਹਾ ਕੋਈ 1000 ਲੈ ਰਿਹਾ ਇਹ ਡਿਸਕ੍ਰਿਮੀਨੇਟ ਬੰਦ ਹੋਣਾ ਚਾਹੀਦਾ ਤੀਜੀ ਸਰ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਚਾਹ ਕਟ ਪੋਸਟਾਂ ਕਰ ਲੈ ਰੈਗੂਲਰ ਕਰੇ ਤੇ ਵੇਟਿੰਗ ਜ਼ਰੂਰ ਚੁੱਕੇ ਬੇਨਤੀ ਕਰਦੇ ਆ ਤੁਹਾਡੇ ਜ਼ਰੀਏ ਕਿ ਵੇਟਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕ ਐਸੀ ਹੁੰਦੇ ਆ ਕਿ ਜਿਵੇਂ ਕਲਰਕ ਤੋਂ ਅਪਗ੍ਰੇਡ ਹੋ ਕੇ ਆਫੀਸਰ ਜੁਆਇਨ ਕਰ ਲੈਂਦੇ ਆ ਤਾਂ ਪੋਸਟਾਂ ਖਾਲੀ ਰਹਿ ਜਾਂਦੀਆਂ ਉੱਥੋਂ ਵੇਟਿੰਗ ਵਾਲੇ ਬੱਚਿਆਂ ਨੂੰ ਮੌਕਾ ਦੇ ਦੇਣਾ ਚਾਹੀਦਾ ਕਿਉਂਕਿ ਉਹ ਬੱਚਾ ਪ੍ਰੀਪੇਅਰ ਕਰਨ ਵਾਸਤੇ ਆਲਰੇਡੀ 25-30 ਹਜ਼ਾਰ ਕੋਚਿੰਗ ਸੈਂਟਰਾਂ 'ਚ ਲਾ ਚੁੱਕਿਆ ਹੁੰਦਾ ਫਿਰ ਉਹਨੂੰ ਕਿਤੇ ਨਵੇਂ ਸਿਰੇ ਤੋਂ ਨਵਾਂ ਮੂਡ ਬਣੇਗਾ ਕਿਉਂਕਿ ਹਰ ਵਕਤ ਪੇਪਰ ਦੇਣ ਦਾ ਮੂਡ ਇੱਕੋ ਜਿਹਾ ਨਹੀਂ ਹੁੰਦਾ ਪਰਿਸਥਿਤੀਆਂ ਚੇਂਜ ਹੁੰਦੀਆਂ ਇਹ ਚੀਜ਼ ਸਰ ਬੇਨਤੀ ਕਰਦੇ ਆ ਤੁਹਾਡੇ ਜ਼ਰੀਏ ਜੀ ਬਹੁਤ ਸ਼ ਅਧਿਆਪਕ ਕਹਿ ਲਈਏ ਇਹਨਾਂ ਨੂੰ ਕਿਉਂਕਿ ਗਾਈਡ ਕਰਦੇ ਨੇ ਬਹੁਤ ਸਾਰੇ ਬੱਚਿਆਂ ਨੂੰ ਲੱਖਾਂ ਬੱਚੇ ਨੇ ਜਿਹੜੇ ਇਹਨਾਂ ਦੀ ਗੱਲ ਸੁਣ ਕੇ ਭਰਤੀ ਪ੍ਰਕਿਰਿਆ ਵਾਲੇ ਪਾਸੇ ਜਾਂਦੇ ਨੇ ਪਰ ਸਰਕਾਰ ਨੂੰ ਵੀ ਇਹਨਾਂ ਨੇ ਸੁਝਾ ਦਿੱਤਾ ਕਿ ਭਰਤੀ ਪ੍ਰਕਿਰਿਆ ਜੇਕਰ ਠੀਕ ਕਰਨੀ ਹੈ ਗੁੰਜਲਦਾਰ ਸਿਸਟਮ ਤੋਂ ਸਾਦੇ ਢਾਂਚੇ ਤੇ ਆਉਣਾ ਤੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ ਤਾਂ ਹੀ ਭਰਤੀ ਪ੍ਰਕਿਰਿਆ ਸਮੇਂ ਸਿਰ ਸਿਰੇ ਚੜਾਈ ਜਾ ਸਕਦੀ ਹੈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ